ਅੱਜ ਦੋ ਗੱਲਾਂ ਮੇਰੀਆਂ ਬੜੀਆਂ ਧਿਆਨ ਨਾਲ ਸੁਣਨ ਵਾਲੀਆਂ ਹੈ। ਇੱਕ, ਮੁੱਖ ਮੰਤਰੀ ਪੰਜਾਬ ਨੇ 10,000 ਬੰਦੇ ਪੁਲਿਸ ਦੀ ਬਦਲੀ ਕਰਤੀ, ਇਹ ਕਹਿ ਕੇ ਕਰਤੀ ਵੀ ਇਹ ਨੈਕਸਿਸ ਆ ਪੁਲਿਸ ਅਤੇ ਨਸ਼ੇ ਦੇ ਵਪਾਰੀਆਂ 'ਚ ਅਸੀਂ ਇਹ ਬਦਲ ਰਹੇ ਹਾਂ। ਦੂਜੇ ਪਾਸੇ ਮੈਨੂੰ ਲੱਗਦਾ ਇਹ ਬਹੁਤ, ਡੀ ਜੀ ਪੀ ਸਾਹਿਬ ਸਾਡੇ ਗੌਰਵ ਯਾਦਵ ਜਿਹੜੇ ਬਹੁਤ ਚੰਗੇ ਡੀ ਜੀ ਪੀ, ਉਹਨਾਂ ਨੂੰ ਇਹ ਗੱਲ ਕਹਿਣੀ ਪਈ ਅਤੇ ਮੀਡੀਆ ਦੇ ਬਹੁਤ ਵੱਡੇ ਅਦਾਰੇ ਉਸ ਗੱਲ 'ਚ ਮੈਂ ਸਮਝਦਾ ਉਹ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਅਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਬਦਲੀਆਂ ਬਿਲਕੁਲ ਐਡਮਿਨਿਸਟ੍ਰੇਟਿਵ ਲੈਵਲ 'ਤੇ ਹੋਈਆਂ ਹੈ। ਇਹਦੇ ਪਿੱਛੇ ਕਿਉਂਕਿ ਅੱਜ ਇੱਕ ਹਰ, ਤੁਸੀਂ ਹਰ ਇੱਕ ਪੁਲਿਸ ਵਾਲੇ ਨੂੰ ਤੁਸੀਂ ਟਿੰਟਡ ਕਰਤਾ ਮੁੱਖ ਮੰਤਰੀ ਸਾਹਿਬ, ਤੁਸੀਂ ਹਰ ਨੂੰ ਕਹਿਤਾ, ਅੱਜ ਵਰਦੀ ਵਾਲਾ ਕਿਸੇ ਕੰਮ ਕਰਨ ਕਿਵੇਂ ਜਾਊਗਾ? ਇਹ ਪੰਜਾਬ ਪੁਲਿਸ ਸਾਡੀ ਟੈਰਰਿਜ਼ਮ ਨੂੰ ਖਤਮ ਕਰਨ ਵਾਲੀ ਸਭ ਤੋਂ ਬਹਾਦਰ ਪੁਲਿਸ ਆ, ਬਾਰਡਰ 'ਤੇ ਰਾਖੀ ਕਰਦੀ ਆ, ਅਤੇ ਤੁਸੀਂ ਹਰੇਕ ਨੂੰ ਟਿੰਟਡ ਕਰਤਾ। ਅੱਜ ਉਹ ਪੁਲਿਸ ਵਾਲਾ, ਇੱਕ ਕੌਂਸਟੇਬਲ, ਇੱਕ ਹੌਲਦਾਰ, ਇੱਕ ASI, ਇੱਕ ਸਿਪਾਹੀ, ਉਹ ਅੱਜ ਆਪਣੇ ਘਰ ਦੇ ਵਿੱਚ ਜਿਹੜੀ ਇਹ ਸ਼ਕਲ ਦਿਖਾਉਣ ਜੋਗਾ ਨਹੀਂ। ਤੁਸੀਂ ਛੱਡਿਆ ਜਦੋਂ ਤੁਸੀਂ ਕਹਿਤਾ ਉਹਨੂੰ ਇਹ ਨੈਕਸਿਸ ਆ, ਇਹ ਨਸ਼ੇ ਵਾਲਿਆਂ ਨਾਲ ਬੱਚਿਆ, ਉਹਨੂੰ ਬੱਚੇ ਪੁੱਛ ਰਹੇ ਆ ਵੀ ਕੀ ਪਾਪਾ ਤੁਸੀਂ ਨਸ਼ੇ ਵਾਲਿਆਂ ਨਾਲ ਰਲੇ ਹੋਏ ਹੋ, ਤੁਸੀਂ ਤਾਂ ਰਾਖੇ ਹੋ, ਤੁਸੀਂ ਤਾਂ ਵਰਦੀ 'ਚ, ਤੁਸੀਂ ਤਾਂ ਸਾਰਿਆਂ ਦੀ ਰੱਖਿਆ ਕਰਨੀ ਆ, ਅਤੇ ਤੁਹਾਡਾ ਮੁੱਖ ਮੰਤਰੀ ਜਿਹੜਾ ਹੋਮ ਮਿਨਿਸਟਰ ਉਹ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਨਸ਼ੇ ਨਾਲ ਰਲੇ ਹੋ। ਇਸ ਕਰਕੇ ਅੱਜ ਹਰੇਕ ਪੁਲਿਸ ਵਾਲੇ ਨੂੰ ਬਾਹਰ ਆਪਣਾ ਮੂੰਹ ਦਿਖਾਉਣਾ, ਬਾਹਰ ਆਪਣੀ ਨੌਕਰੀ ਕਰਨੀ ਜਿਹੜੀ ਔਖੀ ਹੋ ਰਹੀ ਆ, ਹਰ ਬੰਦਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਿਹਾ, ਅਤੇ DGP ਅੱਜ ਉਹਨਾਂ ਨੂੰ ਆਪਣੇ ਨੂੰ ਫੋਰਸ ਨੂੰ ਡਿਫੈਂਡ ਕਰਨਾ ਔਖਾ ਪਿਆ। ਦੂਜੇ ਪਾਸੇ ਉਦੋਂ ਬਾਅਦ ਅੱਜ ਇੱਕ ਬਿਆਨ ਆਉਂਦਾ ਹੈ ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ, ਕੰਗ ਸਾਹਿਬ ਇਹ ਕਹਿ ਰਹੇ ਆ ਵੀ ਅਸੀਂ ਇਹ ਅਫਸਰ ਜਿਹੜੇ ਸ਼ਾਹੀ ਆ ਅਸੀਂ ਜਿਹੜੀਆਂ ਹਾਰੇ ਹਾਂ ਸੀਟਾਂ, ਉੱਥੇ ਸਾਡੀ ਅਫਸਰਾਂ ਨੇ ਮਦਦ ਨਹੀਂ ਕੀਤੀ। ਇਹਦਾ ਮਤਲਬ ਜਿੱਥੇ ਜਿੱਥੇ ਤੁਸੀਂ ਜਿੱਤੇ ਹੋ ਜਾਂ ਜਿੱਥੇ ਜਿੱਥੇ ਤੁਸੀਂ ਹਾਰੇ ਹੋ, ਤੁਸੀਂ ਚਾਹੁੰਦੇ ਸੀ ਵੀ ਸਾਨੂੰ ਅਫਸਰਾਂ ਦੀ ਮਦਦ ਮਿਲੇ, ਤੁਸੀਂ ਅਫਸਰ ਸ਼ਾਹੀ ਨੂੰ ਵਰਤਣਾ ਚਾਹੁੰਦੇ ਸੀ, ਉਹ ਤਾਂ ਸਾਫ਼ ਉਹਨੇ ਕਹਿਤਾ ਵੀ ਅੱਜ ਅਫਸਰ ਨੇ ਉਹ ਇਹਦੇ ਵਿੱਚ ਅਕਾਲੀ ਦਲ ਦੀ ਮਦਦ ਕਰਦੇ ਆ, ਕਾਂਗਰਸ ਦੀ ਮਦਦ ਕਰਦੇ ਆ, ਸਾਡੇ ਹੱਥ 'ਚ ਤਾਂ ਕੁਛ ਹੈ ਹੀ ਨਹੀਂ। ਇਹਦਾ ਮਤਲਬ ਤੁਸੀਂ ਪੋਲੀਟੀਕਲੀ ਅਫਸਰਾਂ ਨੂੰ ਵਰਤਣਾ ਚਾਹੁੰਦੇ ਹੋ। ਅੱਜ ਤੁਸੀਂ ਜਨਾਜ਼ਾ ਕੱਢ ਲਿਆ, ਆਪਣੀ ਅਕਲ ਦਾ ਜਨਾਜ਼ਾ ਕੱਢ ਲਿਆ। ਦੋ ਦਿਨ ਪਹਿਲਾਂ ਤੁਸੀਂ ਕੱਢਿਆ ਵੀ ਹਜੇ 2.5 ਸਾਲ ਸਾਨੂੰ ਹੋ ਗਏ, ਹੁਣ ਸਾਡੇ ਕੋਲ ਨਸ਼ੇ ਦੇ ਸੁਝਾਅ ਦਓ, ਅਸੀਂ ਨਸ਼ਾ ਖਤਮ ਕਿਵੇਂ ਕਰੀਏ। 2.5 ਸਾਲ ਬਾਅਦ ਉਹਨਾਂ ਨੂੰ ਇੰਨਾ ਹੀ ਪਤਾ ਲੱਗਿਆ ਵੀ ਹਜੇ ਅਸੀਂ ਸੁਝਾਅ ਲੈਣੇ ਆ, ਅਤੇ 2.5 ਸਾਲ ਤੱਕ ਉਹਨਾਂ ਨੂੰ ਕੀ ਪਤਾ ਲੱਗੂਗਾ? ਹੋਰ ਮੈਨੂੰ ਇਹ ਸਮਝਾਓ, ਐਡੀ ਬਚਕਾਨਾ ਹਰਕਤਾਂ ਹੈ, ਐਸੇ ਬਿਆਨ ਨੇ ਵੀ ਅਸੀਂ ਜੇ ਹਾਰੇ ਹਾਂ ਤਾਂ ਜੀ ਸਾਡੀ ਸਰਕਾਰ ਦੇ ਜਿਹੜੇ ਅਫਸਰਾਂ ਨੇ ਮਦਦ ਨਹੀਂ ਕੀਤੀ। ਇਹਦਾ ਮਤਲਬ ਤੁਹਾਡੇ ਹੁੰਦੇ ਜਿਹੜੇ ਅਫਸਰ ਨੇ ਉਹ ਦੂਜਿਆਂ ਦੀ ਮਦਦ ਕਰ ਰਹੇ ਆ। ਕੋਈ ਅਫਸਰ ਦਾ ਕੰਮ ਨਹੀਂ ਗਾ ਪੋਲੀਟੀਕਲ ਮਦਦ ਕਰਨਾ ਕਿਸੇ ਦਾ, ਉਹਨਾਂ ਦਾ ਸਿਰਫ ਕੰਮ ਇਹ ਆ ਵੀ ਲੋਕਾਂ ਦੇ ਲਈ ਉਹ ਜਿਹੜੇ ਵੀ ਕੰਮ ਨੇ ਉਹ ਕਰ ਸਕਦੇ ਹੋਣ। ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਅਫਸਰ ਨੇ ਉਹ ਬਿਲਕੁਲ ਜਿਹੜੇ ਕਠਪੁਤਲੀ ਬਣੇ ਆ ਆਮ ਆਦਮੀ ਦੀ, ਉਹਨਾਂ ਨੂੰ ਵੀ ਚੇਤਾਵਨੀ ਆ ਵੀ ਤੁਸੀਂ ਇਹਨਾਂ ਦੀ ਮਦਦ ਕਰਨੀ ਬੰਦ ਕਰੋ ਜੇ ਇਹ ਤੁਹਾਡੇ ਤੋਂ ਮਦਦ ਲੈਂਦੇ ਵੀ ਨੇ।